ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ। ਮਾਂ, ਕਿੰਨੀ ਵਾਰ ਕਿਹਾ ਹੈ ਮੇਰੇ ਡੱਬੇ ਵਿੱਚ ਮੈਨੂੰ ਸਬਜ਼ੀ ਚਾਹੀਦੀ ਹੈ, ਕਿਉਂ ਨਹੀਂ ਰੱਖੀ? ਮੇਰੇ ਤੋਂ ਨਹੀਂ ਰੋਜ਼ ਰੋਜ਼ ਅਚਾਰ ਨਾਲ ਖਾਧੀ ਜਾਂਦੀ, ਨਾਲ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਹਨ। ਮਨਜੀਤ ਨੇ ਸਕੂਲੋਂ ਆਉਂਦੇ ਹੀ ਆਪਣਾ ਬਸਤਾ ਇੱਕ ਪਾਸੇ ਸੁੱਟਦੇ ਹੋਏ ਕਿਹਾ, ਪੁੱਤ 4 ਦਿਨ ਹੋ ਗਏ ਤੇਰੇ ਬਾਪੂ ਨੂੰ ਦਿਹਾੜੀ ਨਹੀਂ ਮਿਲੀ, ਫਿਰ ਕਿੱਥੋਂ ਸਬਜ਼ੀ ਲੈ ਕੇ ਆਉਂਦਾ? ਆ ਜਾ, ਆ ਕੇ ਦੇਖ, ਮੈਂ ਅੱਜ ਚਟਨੀ ਬਣਾਈ ਹੈ, ਗਰਮ ਗਰਮ ਫੁਲਕੇ ਲਾ ਦਿੰਦੀ ਆ, ਆ ਜਾ ਖਾ ਲੈ। ਚਰਨ ਕੌਰ ਨੇ ਪੁੱਤ ਨੂੰ ਪਿਆਰ ਨਾਲ ਕਿਹਾ, ਮੈਂ ਨਹੀਂ ਖਾਣੀ ਚਟਨੀ ਚੁਟਨੀ। ਮਨਜੀਤ ਘਰੋਂ ਬਾਹਰ ਨਿਕਲ ਗਿਆ। ਚਰਨ ਕੌਰ ਆਵਾਜ਼ਾਂ ਮਾਰਦੀ ਰਹਿ ਗਈ, ਪਰ ਮਨਜੀਤ ਨਾ ਰੁਕਿਆ, ਫਿਰ ਸਿਰ ਫੜ ਕੇ ਮੰਜੇ ਤੇ ਬਹਿ ਗਈ। ਕੀ ਹੋਇਆ ਮਾਂ, ਇੰਜ ਕਿਉਂ ਬੈਠੀ ਹੈ? ਸਕੂਲ ਤੋਂ ਪਰਤੀ ਮਨਜੀਤ ਦੀ ਛੋਟੀ ਭੈਣ ਸਰਬ ਨੇ ਪੁੱਛਿਆ, ਹੋਣਾ ਕੀ ਹੈ ਪੁੱਤ, ਤੇਰੇ ਬਾਪੂ ਨੂੰ ਦਿਹਾੜੀ ਨਹੀਂ ਮਿਲਦੀ ਤੇ ਮਨਜੀਤ ਨੂੰ ਰੋਜ਼ ਸਬਜ਼ੀ ਚਾਹੀਦੀ ਹੈ, ਅੱਜ ਸਕੂਲ ਵੀ ਨਹੀਂ ਖਾ ਕੇ ਆਇਆ, ਹੁਣ ਵੀ ਨਹੀਂ ਖਾਧੀ। ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਜਿੱਦੀ ਹੋਈ ਜਾਂਦਾ, ਜਵਾਨੀ ਵਿੱਚ ਪੈਰ ਰੱਖਣ ਡਿਆ ਹੈ ਪਰ ਮਾਂ ਬਾਪ ਦੀਆਂ ਮਜਬੂਰੀਆਂ ਨਹੀਂ ਸਮਝਦਾ। ਇੰਜ ਕਰਦਾ ਜਿਵੇਂ ਇਹਦਾ ਬਾਪੂ ਕਿਸੇ ਦਫ਼ਤਰ ਵਿੱਚ ਬਾਬੂ ਲੱਗਾ ਹੋਇਆ। ਚਰਨ ਕੌਰ ਆਪਣੇ ਹੰਝੂ ਡੱਕਦੀ ਹੋਈ ਬੋਲੀ, ਮਾਂ ਇਹ ਲੈ ਸ਼ਲਗਮ ਤੇ ਵੀਰੇ ਲਈ ਸਬਜ਼ੀ ਬਣਾ ਦੇ। ਸਰਬ ਨੇ ਆਪਣੇ ਬਸਤੇ ਵਿੱਚੋਂ ਸ਼ਲਗਮ ਕੱਢਦੇ ਹੋਏ ਕਿਹਾ, ਤੂੰ ਇਹ ਕਿੱਥੋਂ ਲਏ, ਚੋਰੀ ਤਾਂ ਨਹੀਂ ਕੀਤੀ? ਚਰਨ ਕੌਰ ਨੇ ਸਰਬ ਨੂੰ ਗੁੱਸੇ ਨਾਲ ਪੁੱਛਿਆ, ਨਹੀਂ ਮਾਂ, ਸੀਤੋ ਚਾਚੀ ਮਿਲੀ ਸੀ, ਉਹਨਾਂ ਦੇ ਘਰ ਦੇ ਪਿਛਵਾੜੇ ਲਗਾਏ ਨੇ, ਕਹਿੰਦੀ ਸੀ ਬਹੁਤ ਹੋ ਗਏ, ਮੈਂ ਲੰਘੀ ਤਾਂ ਮੈਨੂੰ ਦੇ ਦਿੱਤੇ। ਅੱਛਾ, ਰੱਬ ਭਾਗ ਲਾਵੇ ਸੀਤੋ ਨੂੰ, ਕਿੰਨਾ ਸੋਚਦੀ ਹੈ ਸਾਡਾ। ਚੱਲ ਜਾ ਬੁਲਾ ਲਿਆ ਵੀਰੇ ਨੂੰ, ਮੈਂ ਬਣਾਉਂਦੀ ਹਾਂ ਰੋਟੀ ਸਬਜ਼ੀ। ਭਾਗਾ ਮਨਜੀਤ ਨੂੰ ਲੱਭਣ ਤੁਰ ਪਈ, ਕਿੰਨਾ ਭਾਲਣ ਦੇ ਬਾਅਦ ਉਹ ਮਿਲਿਆ। ਫਿਰ ਘਰ ਆਉਣ ਨੂੰ ਰਾਜ਼ੀ ਨਹੀਂ ਸੀ ਪਰ ਸਰਬ ਨੇ ਮਨਾ ਹੀ ਲਿਆ। ਦੋਨੋਂ ਭੈਣ ਭਰਾ ਖੁਸ਼ੀ ਖੁਸ਼ੀ ਘਰ ਆ ਗਏ। ਭਾਗਾ ਸਰਬ ਹੈ ਹੀ ਐਸੀ ਸੀ ਜਿਸ ਨੂੰ ਪਿਆਰ ਨਾਲ ਜਾਂ ਹੱਕ ਨਾਲ ਕੁਛ ਕਹਿੰਦੀ ਅਗਲਾ ਝੱਟ ਉਸ ਦੀ ਗੱਲ ਮੰਨ ਲੈਂਦਾ। ਮਾਂ ਨੇ ਤਾਂ ਉਸਦਾ ਨਾਮ ਸਰਬਜੋਤ ਰੱਖਿਆ ਸੀ ਪਰ ਦਾਦੀ ਉਸ ਨੂੰ ਭਾਗਾਂ ਵਾਲੀ ਕਹਿੰਦੀ, ਕਿਉਂਕਿ ਜਿਸ ਦਿਨ ਭਾਗਾ ਜੰਮੀ ਸੀ ਉਸ ਦਿਨ ਜ਼ਿੰਮੇਵਾਰੀਆਂ ਤੋਂ ਭੱਜਿਆ ਗੁਰਮੇਲ ਘਰ ਮੁੜ ਆਇਆ ਸੀ। ਘਰ ਵਿੱਚ ਗੁਰਮੇਲ, ਚਰਨ ਕੌਰ, ਮਨਜੀਤ ਤੋਂ ਇਲਾਵਾ ਭਾਗਾਂ ਦੇ ਦਾਦੀ ਦਾਦਾ ਤੇ ਇੱਕ ਤਾਇਆ ਸੀ। ਕਮਾਉਣ ਵਾਲਾ ਸਿਰਫ ਗੁਰਮੇਲ ਸੀ, ਤਾਇਆ ਸਿਰਫ ਆਪਣੇ ਜੋਗਾ ਕਮਾ ਕੇ ਆਪ ਹੀ ਖਾ ਜਾਂਦਾ। ਭਾਵੇਂ ਘਰ ਵਿੱਚ ਬਹੁਤ ਨਹੀਂ ਸੀ ਫਿਰ ਵੀ ਸਾਰਾ ਟੱਬਰ 2 ਵਕਤ ਦੀ ਸੋਹਣੀ ਰੋਟੀ ਖਾਂਦਾ ਸੀ। ਉਦੋਂ ਲਗਾਤਾਰ ਦਿਹਾੜੀ ਮਿਲਦੀ ਰਹਿੰਦੀ ਸੀ ਪਰ ਹੁਣ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਕਰਕੇ ਕਦੀ 1 ਦਿਨ ਮਿਲਦੀ, 4 ਦਿਨ ਨਾਗਾ। ਪ੍ਰਵਾਸੀ ਮਜ਼ਦੂਰ ਘੱਟ ਪੈਸੇ ਤੇ ਦਿਹਾੜੀ ਲਗਾ ਦਿੰਦੇ ਸਨ, ਕੰਮ ਵਾਲੇ ਨੇ ਆਪਣਾ ਖਰਚਾ ਦੇਖਣਾ ਹੁੰਦਾ, ਸਭ ਘੱਟ ਖਰਚੇ ਵਿੱਚ ਕੰਮ ਕਰਾਉਣਾ ਚਾਹੁੰਦੇ ਸਨ। ਗੁਰਮੇਲ ਦੀ ਕਮਾਈ ਵਿੱਚ ਬਹੁਤ ਫਰਕ ਪੈ ਗਿਆ, ਖਰਚੇ ਓਨੇ ਹੀ ਸਨ। ਫਿਰ ਜਦੋਂ ਦੂਜੀ ਵਾਰ ਚਰਨ ਕੌਰ ਨੂੰ ਦਿਨ ਚੜ੍ਹੇ ਤਾਂ ਸ਼ੁਰੂ ਦੇ ਮਹੀਨਿਆਂ ਵਿੱਚ ਉਸ ਦੀ ਤਬੀਅਤ ਖਰਾਬ ਹੋਣ ਕਰਕੇ ਡਾਕਟਰੀ ਖਰਚੇ ਵੱਧ ਹੋ ਗਏ। ਪਿਓ ਦਾ ਇਲਾਜ ਤਾਂ ਪਹਿਲਾਂ ਹੀ ਚੱਲਦਾ ਸੀ, ਖਰਚੇ ਵਧੇ ਪਰ ਕੰਮ ਮਿਲ ਨਹੀਂ ਰਿਹਾ ਸੀ। ਇਹਨਾਂ ਸਭ ਤੋਂ ਪਰੇਸ਼ਾਨ ਹੋ ਕੇ 1 ਦਿਨ ਗੁਰਮੇਲ ਕਿਤੇ ਚਲਾ ਗਿਆ, ਸਾਰਾ ਟੱਬਰ ਜਿਵੇਂ ਅਨਾਥ ਹੋ ਗਿਆ। ਗੁਰਮੇਲ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪੁਲਿਸ ਵਿੱਚ ਰਿਪੋਰਟ ਵੀ ਲਿਖਵਾਈ ਪਰ ਕੁਛ ਹੱਥ ਪੱਲੇ ਨਹੀਂ ਆਇਆ। ਫਿਰ ਸਭ ਥੱਕ ਹਾਰ ਕੇ ਬੈਠ ਗਏ।
ਇਸੇ ਗਮ ਵਿੱਚ ਉਸਦਾ ਪਿਓ ਵੀ ਚੱਲ ਵਸਿਆ। ਚਰਨ ਕੌਰ ਪਰਿਵਾਰ ਪਾਲਣ ਲਈ ਸੀਤੋ ਦੀ ਮਦਦ ਨਾਲ ਮਸ਼ੀਨ ਖਰੀਦ ਲਈ। ਚਰਨ ਕੌਰ ਵੀ ਕਿੰਨਾ ਕਰਦੀ, ਢਿੱਡ ਵਿੱਚ ਬੱਚਾ ਲੈ ਕੇ ਕਿੰਨਾ ਕੁ ਕੰਮ ਕਰ ਸਕਦੀ ਸੀ, ਫਿਰ ਵੀ ਜਿੰਨਾ ਹੋ ਸਕਿਆ ਕਰਦੀ ਰਹੀ। ਸਭ ਰੁੱਖੀ ਮਿੱਸੀ ਖਾਂਦੇ ਰਹੇ, ਥੋੜੀ ਬਹੁਤ ਮਦਦ ਸੀਤੋ ਕਰ ਦਿੰਦੀ, ਬਾਕੀ ਵਾਹਿਗੁਰੂ ਦਾ ਹੀ ਓਟ ਆਸਰਾ ਸੀ। ਕਦੇ ਕਦੇ ਭੁੱਖੇ ਵੀ ਸੌਣਾ ਪੈਂਦਾ ਸੀ। ਆਖਰ ਸਮਾਂ ਆਉਣ ਤੇ ਭਾਗਾਂ ਦਾ ਜਨਮ ਹੋਇਆ ਤੇ ਉਸੇ ਦਿਨ ਗੁਰਮੇਲ ਵਾਪਸ ਆ ਗਿਆ। ਦਾਦੀ ਨੇ ਕਿਹਾ, ਮੇਰੀ ਪੋਤੀ ਬਹੁਤ ਭਾਗਾਂ ਵਾਲੀ ਹੈ, ਜਿਹੜੀ ਪਿਓ ਨੂੰ ਮੋੜ ਲਿਆਈ। ਭਾਵੇਂ ਚਰਨ ਕੌਰ ਨੇ ਆਪਣੀ ਧੀ ਦਾ ਨਾਮ ਸਰਬਜੋਤ ਰੱਖਿਆ ਸੀ, ਪਰ ਉਸਦੀ ਸੱਸ ਨੇ ਇਹ ਨਾਮ ਕਦੀ ਨਹੀਂ ਲਿਆ। ਸਗੋਂ ਚਰਨ ਕੌਰ ਵੀ ਕਦੇ ਕਦੇ ਭਾਗਾਂ ਕਹਿ ਕੇ ਹੀ ਬੁਲਾ ਲੈਂਦੀ ਸੀ। ਸਰਬ ਆਪਣੇ ਪਿਓ ਨੂੰ ਵੀ ਮੋੜ ਲਿਆਈ ਸੀ ਤੇ ਨਾਲ ਨਾਲ ਇਸ ਘਰ ਦੀਆਂ ਖੁਸ਼ੀਆਂ ਵੀ, ਕਿਉਂਕਿ ਗੁਰਮੇਲ ਨੂੰ ਇੱਕ ਪੂਰੀ ਕੋਠੀ ਬਣਾਉਣ ਦਾ ਠੇਕਾ ਮਿਲ ਗਿਆ ਸੀ। ਲਗਭਗ 2 ਸਾਲ ਦਾ ਕੰਮ ਸੀ, ਹੁਣ 2 ਸਾਲ ਲਈ ਦਿਹਾੜੀ ਲੱਭਣ ਦੀ ਲੋੜ ਨਹੀਂ ਸੀ, ਸਭ ਵਧੀਆ ਚੱਲ ਰਿਹਾ ਸੀ। ਚਰਨ ਕੌਰ ਲੋੜ ਦਾ ਹੀ ਖਰਚਾ ਕਰਦੀ, ਕੁਛ ਨਾ ਕੁਛ ਬਚਾਉਂਦੀ ਰਹਿੰਦੀ। ਧੀ ਦਾ ਜਨਮ ਜਿਉਂ ਹੋਇਆ ਸੀ, ਮਾਂ ਨੂੰ ਫਿਕਰ ਤਾਂ ਹੋਣੀ ਹੀ ਸੀ। 2 ਸਾਲ ਵੀ ਖੰਭ ਲਾ ਉੱਡ ਗਏ। ਇਹਨਾਂ 2 ਸਾਲਾਂ ਵਿੱਚ ਭਾਗਾਂ ਦੀ ਦਾਦੀ ਵੀ ਸਾਥ ਛੱਡ ਗਈ, ਫਿਰ ਅਗਲੇ ਸਾਲ ਤਾਇਆ ਵੀ ਬਹੁਤ ਸ਼ਰਾਬ ਪੀਣ ਕਰਕੇ ਚੱਲ ਵਸਿਆ। ਇੱਕ ਕੋਠੀ ਦਾ ਕੰਮ ਮੁੱਕ ਗਿਆ, ਦੂਜੀ ਦਾ ਹੋਰ ਮਿਲ ਗਿਆ, ਇੰਜ ਹੀ ਕੰਮ ਚੱਲਦਾ ਰਿਹਾ। ਪਰ ਪਿਛਲੇ ਸਾਲ ਤੋਂ ਗੁਰਮੇਲ ਨੂੰ ਕੋਈ ਪੱਕਾ ਕੰਮ ਨਹੀਂ ਮਿਲ ਰਿਹਾ ਸੀ, ਦਿਹਾੜੀ ਵੀ ਕਦੀ ਕਦੀ ਮਿਲਦੀ। ਘਰੋਂ ਕੱਢ ਕੇ ਵੀ ਕਿੰਨਾ ਖਾਣਾ ਸੀ, ਜੁੜੇ ਹੋਏ ਪੈਸੇ ਖਰਚ ਹੋਣ ਲੱਗੇ। ਚਰਨ ਕੌਰ ਥੋੜਾ ਖਾ ਕੇ ਗੁਜ਼ਾਰਾ ਕਰਨ ਵਾਲੀ ਔਰਤ ਸੀ, ਉਸਨੇ ਭਾਗਾਂ ਲਈ ਰੱਖੇ ਪੈਸੇ ਛੇੜੇ ਤੱਕ ਨਹੀਂ। ਭਾਗਾਂ ਹੁਣ 14ਵੇਂ ਸਾਲ ਵਿੱਚ ਸੀ, ਚਰਨ ਕੌਰ ਨੇ ਇਹ ਪੈਸੇ ਉਸਦੇ ਵਿਆਹ ਲਈ ਰੱਖੇ ਸਨ। ਲਗਭਗ 25,000 ਰੁਪਈਆ ਸੀ ਜੋ ਉਸਨੇ ਪੈਸਾ ਪੈਸਾ ਕਰਕੇ ਜੋੜਿਆ ਸੀ। ਚਰਨ ਕੌਰ ਨੇ ਸੀਤੋ ਨਾਲ ਜਾ ਕੇ ਇਹ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ। ਘਰ ਵਿੱਚ ਤੰਗੀ ਸੀ, ਫਿਰ ਵੀ ਚੱਲ ਰਿਹਾ ਸੀ। ਪਰ ਮਨਜੀਤ ਦਾ ਬਦਲਦਾ ਰਵੱਈਆ, ਹਰ ਰੋਜ਼ ਕੋਈ ਨਾ ਕੋਈ ਨਵਾਂ ਪੰਗਾ ਖੜਾ ਕਰ ਦਿੰਦਾ ਸੀ। ਉਸ ਦੀ ਉੱਠਣੀ ਬੈਠਣੀ ਉੱਚੇ ਘਰਾਂ ਦੇ ਮੁੰਡਿਆਂ ਨਾਲ ਹੋ ਰਹੀ ਸੀ, ਜਿਸ ਕਰਕੇ ਚਰਨ ਤੇ ਗੁਰਮੇਲ ਦੋਨੋਂ ਪਰੇਸ਼ਾਨ ਰਹਿੰਦੇ ਸਨ। ਹੁਣ ਉਸ ਦਾ ਧਿਆਨ ਪੜ੍ਹਾਈ ਵੱਲ ਵੀ ਨਹੀਂ ਸੀ, ਸਕੂਲ ਤੋਂ ਆ ਕੇ ਬਾਹਰ ਚਲਾ ਜਾਂਦਾ, ਫਿਰ ਸ਼ਾਮ ਪਈ ਤੇ ਮੁੜਦਾ ਸੀ। ਚਰਨ ਕੌਰ ਦੀ ਤਾਂ ਕਦੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਅੱਗੋਂ ਉਲਟੇ ਜਵਾਬ ਦਿੰਦਾ ਸੀ। ਹਾਂ, ਗੁਰਮੇਲ ਤੋਂ ਥੋੜਾ ਜਿਹਾ ਡਰਦਾ ਸੀ, ਪਰ ਗੁਰਮੇਲ ਨੇ ਹੁਣ ਤੱਕ ਉਸ ਨੂੰ ਕਦੇ ਕੁਛ ਕਿਹਾ ਨਹੀਂ ਸੀ। ਪਰ ਹੁਣ ਪਾਣੀ ਸਿਰ ਤੋਂ ਉੱਪਰ ਜਾ ਰਿਹਾ ਸੀ, ਦੋਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨ। ਚਰਨ ਕੌਰ ਬੱਚਿਆਂ ਦਾ ਹੀ ਰਾਹ ਦੇਖ ਰਹੀ ਸੀ, ਆਉਂਦਿਆਂ ਹੀ ਦੋਨਾਂ ਨੂੰ ਰੋਟੀ ਪਾ ਕੇ ਦਿੱਤੀ। ਮਨਜੀਤ ਫਟਾਫਟ ਥਾਲੀ ਫੜ ਕੇ ਬੈਠ ਗਿਆ। ਮਾਂ, ਮੈਨੂੰ ਚਟਨੀ ਨਾਲ ਹੀ ਦੇ ਦੇ, ਆਹ ਸਬਜ਼ੀ ਰਾਤ ਲਈ ਵੀਰੇ ਤੇ ਬਾਪੂ ਲਈ ਰੱਖ ਲੈ। ਬਾਪੂ ਨੂੰ ਵੀ ਪਤਾ ਨਹੀਂ ਦਿਹਾੜੀ ਮਿਲੀ ਕਿ ਨਹੀਂ। ਸਰਬ ਨੇ ਆਪਣੀ ਸਬਜ਼ੀ ਕੜਾਹੀ ਵਿੱਚ ਪਾ ਦਿੱਤੀ ਤੇ ਚਟਨੀ ਲੈ ਕੇ ਖਾਣ ਬੈਠ ਗਈ। ਚਰਨ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਸੀ ਜੋ ਸਰਬ ਵਰਗੀ ਸਿਆਣੀ ਤੇ ਸਬਰ ਵਾਲੀ ਧੀ ਮਿਲੀ ਹੈ। ਮਨਜੀਤ ਰੋਟੀ ਖਾ ਕੇ ਖੇਡਣ ਦੌੜ ਗਿਆ। ਸਰਬ ਨੇ ਆਪਣੇ ਤੇ ਮਨਜੀਤ ਦੇ ਭਾਂਡੇ ਚੁੱਕੇ ਤੇ ਧੋਣ ਲਈ ਚਲੀ ਗਈ। ਸਰਬ, ਪੁੱਤ ਰਹਿਣ ਦੇ, ਮੈਂ ਧੋ ਲੈਂਦੀ, ਜਾ ਖੇਡ ਲਾ ਘੜੀ ਤੂੰ ਵੀ। ਨਹੀਂ ਮਾਂ, ਮੈਂ ਨਹੀਂ ਜਾਣਾ, ਮੈਂ ਪੜ੍ਹਨਾ ਹੈ। ਭਾਂਡੇ ਧੋ ਕੇ ਸਰਬ ਪੜ੍ਹਨ ਬੈਠ ਗਈ।
ਚਰਨ ਕੌਰ ਆਪਣਾ ਮਸ਼ੀਨ ਦਾ ਕੰਮ ਲੈ ਕੇ ਬੈਠ ਗਈ। ਉਸ ਨੂੰ ਜਿੰਨਾ ਕੁ ਵਕਤ ਮਿਲਦਾ ਮਸ਼ੀਨ ਦਾ ਕੰਮ ਕਰਕੇ ਥੋੜੇ ਪੈਸੇ ਕਮਾ ਲੈਂਦੀ, ਜਿਸ ਨਾਲ ਬੱਚਿਆਂ ਦੇ ਸਕੂਲ ਦੇ ਖਰਚ ਨਿਕਲ ਆਉਂਦੇ। 6 ਵਜਦੇ ਨੂੰ ਦੋਨਾਂ ਮਾਵਾਂ ਧੀਆਂ ਦੀਆਂ ਨਜ਼ਰਾਂ ਦਰਵਾਜ਼ੇ ਤੇ ਲੱਗ ਜਾਂਦੀਆਂ। ਚਰਨ ਕੌਰ ਨੂੰ ਆਪਣੇ ਪਤੀ ਗੁਰਮੇਲ ਦੀ ਉਡੀਕ ਹੁੰਦੀ ਤੇ ਸਰਬ ਨੂੰ ਆਪਣੇ ਬਾਪੂ ਦੀ। ਨਾਲ ਦੀ ਨਾਲ ਉਹਨਾਂ ਨੂੰ ਸਾਈਕਲ ਦੇ ਹੈਂਡਲ ਤੇ ਟੰਗੇ ਹੋਏ ਝੋਲੇ ਨੂੰ ਭਰੇ ਦੇਖਣ ਦੀ ਵੀ ਉਡੀਕ ਹੁੰਦੀ। ਜਿਸ ਦਿਨ ਭਰਿਆ ਹੋਵੇ ਮਤਲਬ ਦਿਹਾੜੀ ਲੱਗ ਗਈ ਹੈ, ਦੋਨੋਂ ਬਹੁਤ ਖੁਸ਼ ਹੁੰਦੀਆਂ। ਜਿਸ ਦਿਨ ਖਾਲੀ ਹੋਵੇ ਉਸ ਦਿਨ ਦੋਨੋਂ ਗੁਰਮੇਲ ਦਾ ਸਹਾਰਾ ਬਣ ਜਾਂਦੀਆਂ, ਉਸ ਨੂੰ ਟੁੱਟਣ ਨਾ ਦਿੰਦੀਆਂ। ਜਿਵੇਂ ਹੀ ਦਰਵਾਜ਼ਾ ਖੜਕਿਆ ਭਰਿਆ ਝੋਲਾ ਦੇਖ ਦੋਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ। ਚਰਨ ਕੌਰ ਨੇ ਅੱਗੇ ਹੋ ਕੇ ਝੋਲਾ ਫੜਿਆ, ਸਰਬ ਭੱਜ ਕੇ ਪਾਣੀ ਦਾ ਗਲਾਸ ਲੈ ਆਈ। ਗੁਰਮੇਲ ਦੇ ਚਿਹਰੇ ਤੇ ਵੀ ਸ਼ਾਂਤੀ ਤੇ ਸਕੂਨ ਦੇ ਭਾਵ ਸਨ। ਗੁਰਮੇਲ ਨੇ ਮੰਜੇ ਤੇ ਬੈਠ ਕੇ ਪਾਣੀ ਦਾ ਗਲਾਸ ਫੜਿਆ, ਪਾਣੀ ਪੀ ਕੇ ਕਿਹਾ, ਜਿਉਂਦੀ ਵਸਦੀ ਰਹਿ ਮੇਰੀ ਧੀਏ, ਤੁਸੀਂ ਆਰਾਮ ਕਰੋ, ਮੈਂ ਹੁਣੇ ਚਾਹ ਬਣਾ ਕੇ ਲਿਆਈ। ਮਨਜੀਤ ਕਿੱਥੇ ਹੈ? ਬਾਹਰ ਖੇਡਣ ਗਿਆ ਹੈ। 6 ਵੱਜ ਗਏ ਨੇ, ਇੰਨੀ ਦੇਰ ਬਾਹਰ ਨਾ ਰਹਿਣ ਦਿਆ ਕਰ, ਜਵਾਨ ਹੋ ਰਿਹਾ, ਇਸ ਉਮਰ ਵਿੱਚ ਬਹੁਤਾ ਧਿਆਨ ਰੱਖਣਾ ਪੈਣਾ। ਜੀ ਮੇਰੀ ਸੁਣਦਾ ਕਿੱਥੇ ਹੈ? ਕੋਈ ਨਾ, ਆਉਂਦਾ ਤਾਂ ਮੈਂ ਕਰਦਾ ਗੱਲ, ਗੁਰਮੇਲ ਨੇ ਮੰਜੇ ਤੇ ਲੇਟਦੇ ਹੋਏ ਕਿਹਾ। ਚਰਨ ਕੌਰ ਚੌਂਕੇ ਵਿੱਚ ਚਲੀ ਗਈ। ਉਸਨੇ ਚਾਹ ਧਾਰ ਦਿੱਤੀ, ਨਾਲ ਹੀ ਝੋਲੇ ਵਿਚਲਾ ਸਮਾਨ ਦੇਖਣ ਲੱਗੀ। 2-3 ਸਬਜ਼ੀਆਂ ਸੀ, ਬਾਕੀ ਘਰ ਦਾ ਹੋਰ ਜ਼ਰੂਰੀ ਸਮਾਨ ਸੀ। ਚਰਨ ਕੌਰ ਨੇ ਸਭ ਥਾਂ ਟਿਕਾਣੇ ਰੱਖ ਦਿੱਤਾ। ਅੱਜ ਗੋਭੀ ਬਣਾ ਲੈਂਦੀ ਹਾਂ, ਭਾਗਾਂ ਨੂੰ ਬਹੁਤ ਪਸੰਦ ਹੈ, ਦੁਪਹਿਰੇ ਵੀ ਵਿਚਾਰੀ ਨੇ ਚਟਨੀ ਨਾਲ ਖਾਧੀ ਸੀ। ਚਰਨ ਕੌਰ ਗੋਭੀ ਟੋਕਰੀ ਵਿੱਚ ਰੱਖ ਕੇ ਗਲਾਸ ਵਿੱਚ ਚਾਹ ਪਾ ਕੇ ਗੁਰਮੇਲ ਕੋਲ ਆ ਬੈਠੀ। ਜ਼ਰਾ ਆਰਾਮ ਨਾਲ ਗੱਲ ਕਰਨਾ, ਜਵਾਨ ਮੁੰਡਾ ਹੈ। ਚਰਨ ਕੌਰ ਨੇ ਚਾਹ ਫੜਾ ਕੇ ਗੋਭੀ ਕੱਟਣੀ ਸ਼ੁਰੂ ਕਰਦੇ ਹੋਏ ਕਿਹਾ। ਹਾਂ ਹਾਂ, ਫਿਕਰ ਨਾ ਕਰ। ਚਰਨ ਕੌਰ ਨੇ ਸਬਜ਼ੀ ਕੱਟ ਕੇ ਧਰ ਦਿੱਤੀ। ਪੁੱਤ ਸਰਬ ਕਿੱਥੇ ਹੈ? ਆ ਜਾ, ਬਾਹਰ ਕਿੰਨਾ ਕੁ ਪੜ੍ਹਨਾ ਹੋਣ। ਪਰ ਸਰਬ ਦੀ ਕੋਈ ਆਵਾਜ਼ ਨਹੀਂ ਆਈ। ਚਰਨ ਕੌਰ ਉੱਠ ਕੇ ਦੇਖਣ ਗਈ ਤਾਂ ਦੇਖਿਆ ਸਰਬ ਮਾਂ ਦੀਆਂ ਸੀਤੀਆਂ ਕਮੀਜ਼ਾਂ ਨੂੰ ਤੁਰਪਾਈ ਕਰ ਰਹੀ ਸੀ। ਮੈਂ ਮਰ ਜਾਵਾਂ ਪੁੱਤ, ਇਹ ਕੀ ਕਰਦੀ ਹੈ? ਤੇਰੀ ਮਾਂ ਹੈਗੀ ਅਜੇ, ਮੈਂ ਕਰ ਲਵਾਂਗੀ ਆਪੇ। ਚਰਨ ਕੌਰ ਨੇ ਸਰਬ ਦੇ ਹੱਥੋਂ ਕਮੀਜ਼ ਫੜ ਲਈ। ਮਾਂ ਮੈਂ ਪੜ੍ਹ ਲਿਆ ਸੀ, ਵਿਹਲੀ ਸੀ ਤਾਂ ਕਰ ਰਹੀ ਸੀ, ਫਿਰ ਸੀਤੋ ਦੀ ਕੁੜੀ ਨਾਲ ਖੇਡ ਲੈਂਦੀ ਥੋੜਾ। ਪੁੱਤ ਇਹ ਉਮਰ ਖੇਡਣ ਖਾਣ ਦੀ ਹੈ, ਐਵੇਂ ਹੁਣੇ ਤੋਂ ਇੰਜ ਗੰਭੀਰ ਨਾ ਬਣ। ਓਹੋ ਮਾਂ, ਐਵੇਂ ਨਾ ਚਿੰਤਾ ਕਰ, ਮੈਂ ਠੀਕ ਹਾਂ। ਸਰਬ ਨੇ ਮਾਂ ਦੇ ਗਲ ਵਿੱਚ ਬਾਹਾਂ ਪਾਈਆਂ। ਤੂੰ ਹਮੇਸ਼ਾ ਹੀ ਠੀਕ ਤੇ ਖੁਸ਼ ਰਹੇ, ਪਰ ਅਜੇ ਇਹ ਕੰਮ ਮੈਂ ਆਪੇ ਕਰੂੰ। ਅਜੇ ਦੋਨੋਂ ਗੱਲਾਂ ਹੀ ਕਰ ਰਹੀਆਂ ਸਨ ਕਿ ਬਾਹਰੋਂ ਗੁਰਮੇਲ ਦੀ ਉੱਚੀ ਬੋਲਣ ਦੀ ਆਵਾਜ਼ ਆਈ। ਦੋਨੋਂ ਭੱਜੀਆਂ ਗਈਆਂ। ਨਾ ਪੜ੍ਹਨਾ ਤੇਰੇ ਪਿਓ ਨੇ ਹੈ? ਤੇਰੀ ਮਾਂ ਦੀ ਦੇ ਗਾਲ ਗਾਲ ਕੇ ਤੁਹਾਡੀ ਫੀਸ ਭਰਦੀ ਪਈ ਹੈ, ਹੋਰਾ ਉਹਦਾ ਹੀ ਲਿਹਾਜ ਕਰ ਲੈ। 10ਵੀਂ ਵਿੱਚ ਹੋ ਗਿਆ ਹੈ, ਪਰ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ, ਗੁਰਮੇਲ ਮਨਜੀਤ ਨੂੰ ਬੋਲ ਰਿਹਾ ਸੀ। ਇੰਨਾ ਗੁੱਸੇ ਨਾ ਹੋ ਜੀ, ਬੱਚਾ ਹੈ, ਪਿਆਰ ਨਾਲ ਗੱਲ ਕਰੋ। ਮੈਂ ਤਾਂ ਪਿਆਰ ਨਾਲ ਹੀ ਕਰ ਰਿਹਾ ਸੀ, ਇਸ ਨੇ ਅੱਗੋਂ ਪੁੱਠਾ ਜਵਾਬ ਦਿੱਤਾ ਤਾਂ ਗੁੱਸਾ ਆਇਆ। ਅਖੇ ਘਰ ਨਾ ਖਾਣ ਨੂੰ ਹੈ, ਨਾ ਕੋਈ ਮਨੋਰੰਜਨ ਕਰਨ ਨੂੰ, ਫਿਰ ਬਾਹਰ ਹੀ ਜਾਣਾ ਹੈ। ਆ ਗਿਆ ਵੱਡਾ ਲਾਟ ਸਾਹਿਬ, ਪੁੱਤ ਜਦੋਂ ਆਪ ਕਮਾਈ ਕਰਨੀ ਪਈ ਫਿਰ ਪਤਾ ਲੱਗੂ, ਪੜ੍ਹ ਲਵੇਂਗਾ ਤਾਂ ਕੁਛ ਕਰ ਲਵੇਂਗਾ, ਨਹੀਂ ਤਾਂ ਮੇਰੇ ਵਾਂਗ ਧੱਕੇ ਖਾਂਦਾ ਰਹੇਗਾ।
ਚਰਨ ਕੌਰ ਨੇ ਵਿੱਚ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕੀਤਾ, ਪਰ ਪਰੇਸ਼ਾਨੀ ਦੀਆਂ ਲਕੀਰਾਂ ਉਸ ਦੇ ਮੱਥੇ ਤੇ ਸਾਫ਼ ਦਿਸ ਰਹੀਆਂ ਸਨ। ਫਿਰ ਦੋਨਾਂ ਪਿਓ ਪੁੱਤਰਾਂ ਨਾਲ ਗੱਲ ਕੀਤੀ, ਮਾਹੌਲ ਨੂੰ ਥੋੜਾ ਠੰਡਾ ਕੀਤਾ। ਮੈਂ ਰੋਟੀ ਬਣਾਉਣ ਲੱਗੀ, ਆ ਜਾਓ ਹੁਣ। ਸਰਵ ਨੇ ਪਹਿਲਾਂ ਆਪਣੇ ਬਾਪੂ ਫਿਰ ਵੀਰ ਨੂੰ ਰੋਟੀ ਪਾ ਕੇ ਫੜਾ ਦਿੱਤੀ। ਜਦ ਚਰਨ ਕੌਰ ਨੇ ਸਰਵ ਨੂੰ ਰੋਟੀ ਦੇ ਨਾਲ ਗੋਭੀ ਦਿੱਤੀ ਤਾਂ ਸਰਵ ਬੋਲੀ, ਮਾਂ ਮੈਨੂੰ ਸ਼ਲਗਮ ਵਾਲੀ ਸਬਜ਼ੀ ਦੇ ਦੇ, ਇਹ ਸਵੇਰੇ ਬਾਪੂ ਤੇ ਵੀਰੇ ਦੇ ਡੱਬੇ ਵਿੱਚ ਪਾ ਦੇਵੀਂ। ਨੀ ਧੀਏ, ਤੇਰੇ ਦੇਣ ਮੈਂ ਕਿੱਥੋਂ ਦੇਵਾਂਗੀ, ਭਾਗਾ ਵਾਲੀ ਤੂੰ ਨਹੀਂ ਮੈਂ ਹਾਂ, ਜੋ ਤੇਰੇ ਵਰਗੀ ਧੀ ਮਿਲੀ ਹੈ। ਮਾਂ ਤੂੰ ਆਪਣੀ ਜਗ੍ਹਾ ਹੋਵੇਂਗੀ, ਮੈਂ ਤਾਂ ਆਪਣੀ ਜਗ੍ਹਾ ਭਾਗਾ ਵਾਲੀ ਹਾਂ, ਮੈਨੂੰ ਤੁਹਾਡੇ ਵਰਗੇ ਮਾਂ ਬਾਪੂ ਮਿਲੇ। ਸਰਬ ਸ਼ਲਗਮ ਨਾਲ ਰੋਟੀ ਖਾਂਦੀ ਹੋਈ ਬੋਲੀ। ਦੋਨੋਂ ਮਾਵਾਂ ਧੀਆਂ ਮੁਸਕੁਰਾ ਪਈਆਂ। ਚਰਨ ਕੌਰ ਦੇ ਦਿਲੋਂ ਧੀ ਦੇ ਭਾਗਾਂ ਭਰੇ ਭਵਿੱਖ ਲਈ ਬਹੁਤ ਸਾਰੀਆਂ ਦੁਆਵਾਂ ਨਿਕਲੀਆਂ। ਇੰਜ ਹੀ ਤੰਗੀ ਤੁਰਸ਼ੀ ਵਿੱਚ ਵਕਤ ਬੀਤਦਾ ਗਿਆ। ਮਨਜੀਤ ਨਾ ਪੜਿਆ ਨਾ ਸੁਧਰਿਆ, ਦਸਵੀਂ ਵਿੱਚੋਂ ਫੇਲ ਹੋ ਗਿਆ, ਮੁੜ ਕੇ ਪੜ੍ਹਨ ਵੀ ਨਾ ਗਿਆ। ਗੁਰਮੇਲ ਨੇ ਕਿਸੇ ਦੁਕਾਨ ਤੇ ਲਗਵਾ ਦਿੱਤਾ, ਉਥੋਂ ਜੋ ਵੀ ਕਮਾਉਂਦਾ ਆਪਣੇ ਤੇ ਹੀ ਖਰਚ ਕਰ ਲੈਂਦਾ ਸੀ। ਇੱਧਰ ਸਰਬ ਵਿੱਚ ਆਪਣੀ ਮਾਂ ਵਾਲੇ ਸਾਰੇ ਗੁਣ ਆ ਗਏ ਸਨ। ਸਲਾਈ ਕਢਾਈ ਵਿੱਚ ਆਪਣੀ ਮਾਂ ਤੋਂ ਵੀ ਚਾਰ ਕਦਮ ਅੱਗੇ ਸੀ। ਪਿੰਡ ਵਾਲੀਆਂ ਔਰਤਾਂ ਤਾਰੀਫ ਕਰਦੀਆਂ ਨਾ ਥੱਕਦੀਆਂ। ਸਰਬ ਦੀਆਂ ਹਮ ਉਮਰ ਕੁੜੀਆਂ ਤਾਂ ਖਾਸ ਡਿਜ਼ਾਈਨ ਪਾ ਕੇ ਉਸ ਤੋਂ ਕੱਪੜੇ ਸਿਲਵਾਉਣ ਲੱਗੀਆਂ। ਇੱਕ ਦਿਨ ਸੀਤੋ ਦੀ ਦੂਰ ਦੀ ਨਨਾਣ ਪਰਮਜੀਤ ਉਹਨਾਂ ਦੇ ਘਰ ਆਈ ਤਾਂ ਉਸ ਨੇ ਸੀਤੋ ਦੇ ਪਾਇਆ ਸੂਟ ਦੇਖਿਆ ਤਾਂ ਪੁੱਛਿਆ, ਕਿੱਥੋਂ ਸਿਲਵਾਇਆ ਹੈ? ਗਵਾਂਢ ਵਿੱਚ ਇੱਕ ਕੁੜੀ ਹੈ ਸਰਬ, ਉਸ ਨੇ ਸੀਤਾ, ਬਹੁਤ ਸੋਹਣਾ ਹੈ, ਮੈਨੂੰ ਵੀ ਮਿਲਵਾ ਉਸ ਨਾਲ। ਦੋਨੋਂ ਸਰਬ ਦੇ ਘਰ ਆ ਗਈਆਂ। ਸਰਬ ਦੀ ਬੋਲਬਾਣੀ, ਉਸ ਦੀ ਸਾਦਗੀ ਤੇ ਹੱਥ ਦਾ ਹੁਨਰ ਦੇਖ ਕੇ ਪਰਮਜੀਤ ਮੁਗਧ ਹੋ ਗਈ। ਉਸਨੇ ਦਿਲ ਹੀ ਦਿਲ ਆਪਣੇ ਮੁੰਡੇ ਲਈ ਪਸੰਦ ਕਰ ਲਿਆ। ਇੱਥੋਂ ਜਾ ਕੇ ਆਪਣੇ ਘਰ ਗੱਲ ਕੀਤੀ। ਮੁੰਡਾ ਨੌਕਰੀ ਕਰਦਾ ਸੀ, ਪਿੰਡ ਦੀ ਕੁੜੀ ਉਸ ਨੂੰ ਮਨਜ਼ੂਰ ਨਹੀਂ ਸੀ, ਪਰ ਆਪਣੀ ਮਾਂ ਦੇ ਜ਼ੋਰ ਪਾਉਣ ਤੇ ਇੱਕ ਵਾਰ ਮਿਲਣ ਲਈ ਤਿਆਰ ਹੋ ਗਿਆ। ਅਗਲੇ ਦਿਨ ਬਲਜੀਤ ਤੇ ਪਰਮਜੀਤ ਫਿਰ ਸੀਤੋ ਦੇ ਘਰ ਆ ਗਏ। ਪਰਮਜੀਤ ਨੇ ਸੀਤੋ ਨਾਲ ਗੱਲ ਕੀਤੀ। ਸੀਤੋ ਤਾਂ ਪਹਿਲਾਂ ਹੀ ਉਸ ਪਰਿਵਾਰ ਦਾ ਭਲਾ ਚਾਹੁੰਦੀ ਸੀ, ਉਹ ਬਹੁਤ ਖੁਸ਼ ਹੋਈ। ਇੱਕ ਵਾਰ ਬਲਜੀਤ ਨੂੰ ਝਾਤੀ ਮਰਵਾ ਦਿੰਦੇ, ਜੇ ਉਸ ਨੂੰ ਸਰਬ ਪਸੰਦ ਹੋਈ ਤਾਂ ਅੱਗੇ ਗੱਲ ਤੋਰਦੇ ਹਾਂ। ਪਰਮਜੀਤ ਬੋਲੀ, ਇਹ ਕਿਹੜੀ ਵੱਡੀ ਗੱਲ ਹੈ, ਮੈਂ ਹੁਣੇ ਸਰਬ ਨੂੰ ਬਹਾਨੇ ਨਾਲ ਬੁਲਾ ਲਿਆਉਂਨੀ, ਬਲਜੀਤ ਦੇਖ ਲਵੇਗਾ, ਸੀਤੋ ਨੇ ਕਿਹਾ। ਇਹ ਠੀਕ ਰਹੇਗਾ। ਸੀਤੋ ਚਲੀ ਗਈ। ਸਰਬ ਪੁੱਤ ਕਿੱਥੇ ਹੈ? ਹਾਂਜੀ ਚਾਚੀ, ਮੈਨੂੰ ਕੰਮ ਸੀ ਤੇਰੇ ਨਾਲ, 2 ਮਿੰਟ ਆਵੀ ਜਰਾ। ਹਾਂਜੀ ਦੱਸੋ ਕੀ ਕੰਮ? ਪੁੱਤ ਮੇਰੀ ਦੂਰ ਦੇ ਰਿਸ਼ਤੇ ਵਿੱਚ ਲੱਗਦੀ ਨਨਾਣ ਆਈ ਹੈ, ਜਿਹੜੀ ਤੁਹਾਡੇ ਘਰੇ ਵੀ ਆਈ ਸੀ, ਨਾਲ ਉਹਦਾ ਮੁੰਡਾ ਵੀ ਹੈ। ਮੈਂ ਕਿਹਾ ਖਾਲੀ ਹੱਥ ਕੀ ਮੁੜਨਾ, ਕੱਪੜੇ ਦੇ ਦੇਵਾਂ, ਜਰਾ ਮੇਰੇ ਨਾਲ ਪੇਟੀ ਵਿੱਚੋਂ ਕੱਪੜੇ ਕਢਵਾ ਦੇ। ਠੀਕ ਹੈ ਚਾਚੀ, ਚੱਲੋ। ਮਾਂ, ਮੈਂ ਸੀਤੋ ਚਾਚੀ ਵੱਲ ਚੱਲੀ ਹਾਂ, ਸਰਬ ਜਾਂਦੀ ਜਾਂਦੀ ਬੋਲੀ। ਸਰਬ ਨੇ ਪਰਾਹੁਣਿਆਂ ਨੂੰ ਸਤਿ ਸ੍ਰੀ ਅਕਾਲ ਕੀਤੀ ਤੇ ਪੇਟੀ ਵਾਲੇ ਕਮਰੇ ਵਿੱਚ ਚਲੀ ਗਈ। ਸੀਤੋ ਨੇ ਬਹਾਨੇ ਨਾਲ ਸਰਬ ਨੂੰ 2-3 ਵਾਰ ਬਲਜੀਤ ਦੇ ਸਾਹਮਣੇ ਕੀਤਾ। ਬਲਜੀਤ ਨੂੰ ਸਰਬ ਪਸੰਦ ਆ ਗਈ। ਸ਼ਾਮ ਨੂੰ ਸੀਤੋ ਨੇ ਚਰਨ ਕੌਰ ਨਾਲ ਗੱਲ ਕੀਤੀ। ਚਰਨ ਕੌਰ ਨੂੰ ਭਾਵੇਂ ਚਾਅ ਚੜ ਗਿਆ ਸੀ, ਪਰ ਮਨਜੀਤ ਵੱਡਾ ਸੀ, ਉਸ ਤੋਂ ਪਹਿਲਾਂ ਕਿਵੇਂ ਸਰਬ ਦਾ ਵਿਆਹ ਕਰ ਸਕਦੇ ਸੀ? ਦੇਖ ਲਾ ਚਰਨ ਕੌਰੇ, ਕੋਈ ਲੈਣ ਦੇਣ ਨਹੀਂ, ਕੱਲਾ ਕੱਲਾ ਮੁੰਡਾ, ਨੌਕਰੀ ਕਰਦਾ ਹੈ, ਸ਼ਹਿਰ ਵਿੱਚ ਆਪਣਾ ਘਰ ਹੈ। ਚੱਲ ਮਨਜੀਤ ਦਾ ਬਾਪੂ ਆਉਂਦਾ ਤਾਂ ਗੱਲ ਕਰਦੀ ਹਾਂ।
ਮੇਰੀ ਮੰਨੇ ਤਾਂ ਨਾ ਨਾ ਕਰਨਾ, ਮੁੜ ਕੇ ਇਹੋ ਜਿਹਾ ਰਿਸ਼ਤਾ ਹੱਥ ਨਹੀਂ ਆਉਣਾ। ਸੀ ਤੋਂ ਚਲੀ ਗਈ। ਸ਼ਾਮ ਨੂੰ ਗੁਰਮੇਲ ਘਰ ਆਇਆ ਤਾਂ ਚਰਨ ਕੌਰ ਨੇ ਗੱਲ ਕੀਤੀ, ਮਨਜੀਤ ਵੀ ਕੋਲ ਹੀ ਸੀ। ਰਿਸ਼ਤਾ ਤਾਂ ਬਹੁਤ ਚੰਗਾ ਹੈ, ਮੇਰੀ ਸਰਬ ਸੱਚੀ ਭਾਗਾਂ ਵਾਲੀ ਹੈ ਜੋ ਚੱਲ ਕੇ ਰਿਸ਼ਤਾ ਆਇਆ, ਪਰ ਮਨਜੀਤ ਵੱਡਾ ਹੈ, ਚਰਨ ਕੌਰ ਨੇ ਕਿਹਾ। ਇਸ ਤੋਂ ਪਹਿਲਾਂ ਹੀ ਗੁਰਮੇਲ ਕੁਛ ਕਹਿੰਦਾ ਮਨਜੀਤ ਬੋਲ ਪਿਆ, ਮੇਰੀ ਚਿੰਤਾ ਨਾ ਕਰੋ, ਕਰ ਦਿਓ ਇਸ ਦਾ ਵਿਆਹ, ਇੱਕ ਖਾਣ ਵਾਲਾ ਜੀ ਘਟੂ। ਮਰ ਜਾਣਿਆ ਜਦ ਵੀ ਬੋਲੇਗਾ ਗਲਤੀ ਬੋਲੇਗਾ, ਤੇਰਾ ਦਿੱਤਾ ਖਾਂਦੀ ਹੈ, ਧੀਆਂ ਨਾਲ ਬਰਕਤ ਹੁੰਦੀ, ਪਤਾ ਨਹੀਂ ਕਿਹੜੇ ਪਾਪ ਕੀਤੇ ਸੀ ਜਿਹੜਾ ਤੂੰ ਜੰਮਿਆ, ਜਾ ਦਫਾ ਹੋ ਜਾ। ਚਰਨ ਕੌਰ ਨੇ ਜੁੱਤੀ ਲਾ ਲਈ, ਮਨਜੀਤ ਬੁੜਬੁੜ ਕਰਦਾ ਨਿਕਲ ਗਿਆ। ਗੁਰਮੇਲ ਚੁੱਪ ਬੈਠਾ ਸੀ, ਉਸਨੂੰ ਇੰਜ ਚੁੱਪ ਦੇਖ ਚਰਨ ਕੌਰ ਨੇ ਪੁੱਛਿਆ, ਕੀ ਹੋਇਆ ਜੀ, ਕੀ ਹੋਇਆ ਜੀ, ਤੁਸੀਂ ਬੋਲਦੇ ਨਹੀਂ। ਗੁਰਮੇਲ ਫਿਰ ਚੁੱਪ ਬੈਠਾ ਰਿਹਾ। ਚਰਨ ਕੌਰ ਨੇ ਉੱਠ ਕੇ ਹਿਲਾਇਆ ਤਾਂ ਉਹ ਟੇਢਾ ਜਿਹਾ ਹੋ ਗਿਆ। ਹਾਏ ਕੀ ਹੋ ਗਿਆ ਤੁਹਾਨੂੰ, ਸਰਬ ਨੀ ਸਰਬ ਕਿੱਥੇ ਆ, ਦੇਖ ਤੇਰੇ ਬਾਪੂ ਨੂੰ ਕੀ ਹੋ ਗਿਆ। ਚਰਨ ਨੇ ਸਰਬ ਨੂੰ ਆਵਾਜ਼ ਦਿੱਤੀ, ਉਹ ਭੱਜੀ ਭੱਜੀ ਆਈ। ਬਾਪੂ ਬਾਪੂ ਸਰਬ ਨੇ ਬੁਲਾਇਆ, ਜਾਂ ਸੀਤੋ ਨੂੰ ਬੁਲਾ ਕੇ ਲਿਆ ਭੱਜ ਕੇ। ਸਰਬ ਚਲੀ ਗਈ। ਚਰਨ ਕੌਰ ਗੁਰਮੇਲ ਦੀਆਂ ਤਲੀਆਂ ਝਸਣ ਲੱਗੀ, ਨਾਲ ਨਾਲ ਬੁਲਾਉਂਦੀ ਰਹੀ, ਪਰ ਗੁਰਮੇਲ ਨੇ ਕੋਈ ਜਵਾਬ ਨਾ ਦਿੱਤਾ। ਇੰਨੇ ਨੂੰ ਸੀਤੋ ਤੇ ਇਸ ਦਾ ਘਰ ਵਾਲਾ ਚੰਦਨ ਆ ਗਿਆ। ਗੁਰਮੇਲ ਦੀ ਹਾਲਤ ਦੇਖਦੇ ਹੀ ਚੰਦਨ ਡਾਕਟਰ ਨੂੰ ਬੁਲਾਉਣ ਚਲਾ ਗਿਆ, ਪਰ ਡਾਕਟਰ ਦੇ ਆਉਣ ਤੱਕ ਗੁਰਮੇਲ ਦੁਨੀਆ ਛੱਡ ਚੁੱਕਾ ਸੀ। ਕਿੰਨੀ ਖੁਸ਼ ਸੀ ਚਰਨ ਕੌਰ ਸਵੇਰ ਦੀ, ਕਿੰਨੇ ਚਾਅ ਨਾਲ ਸ਼ਾਮ ਦੀ ਉਡੀਕ ਕਰ ਰਹੀ ਸੀ, ਪਰ ਜਦ ਸ਼ਾਮ ਆਈ ਤਾਂ ਐਸੀ ਕੁਲਹਿਣੀ, ਕਵਸਦਾ ਰਸ ਦਾ ਸੰਸਾਰ ਉਜਾੜ ਗਈ। ਮਾਵਾਂ ਧੀਆਂ ਇੱਕ ਦੂਜੇ ਦੇ ਗਲ ਲੱਗ ਰੋਂਦੀਆਂ ਰਹੀਆਂ, ਇੱਕ ਦੂਜੇ ਦਾ ਹੌਸਲਾ ਬਣੀਆਂ ਰਹੀਆਂ। ਸਭ ਰਸਮਾਂ ਹੋ ਗਈਆਂ, ਗੁਰਮੇਲ ਦੇ ਨਾਲ ਹੀ ਘਰ ਦੀਆਂ ਖੁਸ਼ੀਆਂ ਕਿਤੇ ਦੂਰ ਜਾ ਬਹਿ ਗਈਆਂ। ਕਰਦੇ ਕਰਦੇ 6 ਮਹੀਨੇ ਗੁਜ਼ਰ ਗਏ। ਪਰਮਜੀਤ ਨੇ ਫਿਰ ਸੀਤੋ ਨਾਲ ਗੱਲ ਕੀਤੀ, ਪਰ ਸੀਤੋ ਦਾ ਹੌਸਲਾ ਨਹੀਂ ਪੈ ਰਿਹਾ ਸੀ। ਪਰ ਉਹ ਇਹ ਵੀ ਨਹੀਂ ਚਾਹੁੰਦੀ ਸੀ ਕਿ ਬਲਜੀਤ ਦਾ ਰਿਸ਼ਤਾ ਹੱਥੋਂ ਨਿਕਲ ਜਾਵੇ। ਹਿੰਮਤ ਕਰਕੇ ਉਸਨੇ ਚਰਨ ਕੌਰ ਨਾਲ ਗੱਲ ਕੀਤੀ। ਚਰਨ ਕੌਰ ਨੇ ਹਮੇਸ਼ਾ ਆਪਣੇ ਤੋਂ ਪਹਿਲਾਂ ਧੀ ਦਾ ਸੋਚਿਆ ਸੀ, ਅੱਜ ਵੀ ਇਹੀ ਸੋਚ ਕੇ ਹਾਂ ਕਰ ਦਿੱਤੀ। ਪਰ ਸਰਬ ਕਹਿੰਦੀ, ਮਾਂ ਮੈਂ ਨਹੀਂ ਜਾਣਾ ਤੁਹਾਨੂੰ ਛੱਡ ਕੇ, ਨਾ ਮੇਰੀ ਧੀ, ਇੰਜ ਨਹੀਂ ਕਹਿੰਦੇ, ਧੀਆਂ ਤਾਂ ਰਾਜੇ ਰਾਣੇ ਨਹੀਂ ਰੱਖ ਸਕੇ। ਮੇਰੀ ਧੀ ਤਾਂ ਬਹੁਤ ਭਾਗਾਂ ਵਾਲੀ ਹੈ, ਇੰਨਾ ਚੰਗਾ ਰਿਸ਼ਤਾ, ਨੌਕਰੀ ਕਰਦਾ ਮੁੰਡਾ ਸਾਹਮਣੇ ਤੋਂ ਮਿਲਿਆ ਹੈ। ਨਹੀਂ ਮੈਂ ਨਹੀਂ ਬਣਨਾ ਭਾਗਾਂ ਵਾਲੀ, ਨਾ ਹੈਗੀ ਹਾਂ ਮੈਂ, ਜੇ ਹੁੰਦੀ ਤਾਂ ਬਾਪੂ ਮੈਨੂੰ ਛੱਡ ਕੇ ਕਿਉਂ ਜਾਂਦਾ, ਸਾਡੇ ਘਰ ਇੰਨੀ ਤੰਗੀ ਕਿਉਂ ਹੁੰਦੀ, ਵੀਰਾ ਇੰਜ ਦਾ ਨਿਕੰਮਾ ਕਿਉਂ ਹੁੰਦਾ। ਨਾ ਨਾ ਇੰਜ ਨਾ ਆਖ, ਤੂੰ ਭਾਗਾਂ ਵਾਲੀ ਸੀ ਤਾਂ ਤੇਰਾ ਬਾਪੂ ਮੁੜ ਆਇਆ, ਤੂੰ ਭਾਗਾਂ ਵਾਲੀ ਸੀ ਤਾਂ ਹੀ ਤੇਰੇ ਬਾਪੂ ਨੂੰ ਕੰਮ ਮਿਲਦਾ ਰਿਹਾ। ਘਰ ਵਿੱਚ ਤੰਗੀ ਤਾਂ ਆਉਂਦੀ ਰਹੀ ਪਰ ਭੁੱਖੇ ਨਹੀਂ ਮਰੇ, ਹੁਣ ਮੇਰੀ ਧੀ ਦੂਜੇ ਘਰ ਨੂੰ ਭਾਗ ਲਾਵੇਗੀ। ਪਰ ਮਾਂ ਤੂੰ ਇਕੱਲੀ ਕਿਵੇਂ, ਸਰਬ ਦਾ ਗਲਾ ਭਾਰ ਆਇਆ, ਤੇਰੇ ਸਹੁਰਿਆਂ ਵੱਲੋਂ ਆਉਂਦਾ ਠੰਡੀ ਵਾਹ ਦਾ ਬੁੱਲਾ ਮੈਨੂੰ ਕਾਫੀ ਹੈ। ਮਾਂ ਦੀ ਜਿੱਦ ਅੱਗੇ ਸਰਬ ਹਾਰ ਗਈ। ਬਹੁਤ ਸਾਦੇ ਤਰੀਕੇ ਨਾਲ ਸਰਬ ਤੇ ਬਲਜੀਤ ਦਾ ਵਿਆਹ ਹੋ ਗਿਆ। ਸਰਬ ਨੇ ਆਉਂਦੇ ਹੀ ਸਭ ਦਾ ਦਿਲ ਜਿੱਤ ਲਿਆ। ਪਰਮਜੀਤ ਨੂੰ ਹਰ ਕੰਮ ਤੋਂ ਛੁੱਟੀ ਦੇ ਦਿੱਤੀ ਸੀ। ਸਰਬ ਦਾ ਸਹੁਰਾ ਪਰਿਵਾਰ ਬਹੁਤ ਵਧੀਆ ਸੀ, ਪਰਮਜੀਤ ਤਾਂ ਖਾਸ ਖਿਆਲ ਰੱਖਦੀ ਹੀ ਸੀ। ਸਹੁਰੇ ਵੱਲੋਂ ਬਾਪ ਦਾ ਪਿਆਰ ਮਿਲਿਆ, ਦੇਵਰ ਨੇ ਭੈਣ ਵਾਂਗ ਇੱਜ਼ਤ ਦਿੱਤੀ। ਬਲਜੀਤ ਵੀ ਜਾਨ ਵਾਰਦਾ ਸੀ, ਪਰ ਫਿਰ ਵੀ ਸਰਬ ਦਾ ਦਿਲ ਨਾ ਲੱਗਦਾ, ਉਸ ਨੂੰ ਰਹਿ ਰਹਿ ਕੇ ਮਾਂ ਦਾ ਚੇਤਾ ਆਉਂਦਾ। ਪਰਮਜੀਤ ਉਸਦੇ ਦਿਲ ਦੀ ਗੱਲ ਸਮਝਦੀ ਸੀ। ਉਸਨੇ ਸਰਬ ਨੂੰ 2-3 ਵਾਰ ਜਲਦੀ ਜਲਦੀ ਪੇਕੇ ਭੇਜ ਦਿੱਤਾ। ਸਰਬ ਖੁਸ਼ ਰਹਿੰਦੀ,
ਪਰ 3-4 ਦਿਨ ਬਾਅਦ ਫਿਰ ਉਦਾਸ ਹੋ ਜਾਂਦੀ। ਬਲਜੀਤ ਨੂੰ ਵੀ ਇੰਨੀ ਛੁੱਟੀ ਨਹੀਂ ਮਿਲਦੀ ਸੀ ਕਿ 4 ਦਿਨ ਬਾਅਦ ਮਿਲਵਾ ਲਿਆਏ। ਪਰਮਜੀਤ ਹਰ ਤਰੀਕੇ ਨਾਲ ਉਸਦਾ ਦਿਲ ਲਗਾਉਣ ਦੀ ਕੋਸ਼ਿਸ਼ ਕਰਦੀ। ਪੁੱਤ ਚੱਲ ਅੱਜ ਮੇਰਾ ਇੱਕ ਸੂਟ ਸੀ ਦੇ। ਪਰਮਜੀਤ ਉਸਦਾ ਧਿਆਨ ਦੂਜੇ ਪਾਸੇ ਲਗਾਉਣ ਦੀ ਕੋਸ਼ਿਸ਼ ਕਰਦੀ। ਜੀ ਮੰਮੀ ਜੀ, ਤੈਨੂੰ ਪਤਾ ਮੈਂ ਆਪਣੀਆਂ ਸਭ ਸਹੇਲੀਆਂ ਨੂੰ ਦੱਸਿਆ ਹੈ ਮੇਰੀ ਨੂੰ ਕਿੰਨੀ ਹੁਨਰਮੰਦ ਹੈ। ਦੇਖੀ ਜਦ ਤੇਰਾ ਸੀਤਾ ਸੂਟ ਪਾ ਕੇ ਗਈ ਤਾਂ ਸਭ ਨੇ ਜਲ ਭੁੰਨ ਜਾਣਾ। ਪਰਮਜੀਤ ਹੱਸਦੀ ਹੋਈ ਕਹਿੰਦੀ। ਸਰਬ ਵੀ ਮੁਸਕੁਰਾ ਪੈਂਦੀ, ਫਿਰ ਸੂਟ ਕੱਟਣ ਲੱਗਦੀ, ਪਰ ਇੰਜ ਲੱਗਦਾ ਜਿਵੇਂ ਉਸਦਾ ਮਨ ਕਿਤੇ ਹੋਰ ਹੋਵੇ। ਸੀਣ ਲੱਗੀ ਵੀ ਵਾਰ ਵਾਰ ਗਲਤੀ ਕਰਦੀ। ਪਰਮਜੀਤ ਉਸਦਾ ਪੂਰਾ ਸਾਥ ਦਿੰਦੀ। ਬਲਜੀਤ ਵੀ ਹਰ ਤਰੀਕੇ ਨਾਲ ਉਸਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਕਦੀ ਸ਼ਾਮ ਨੂੰ ਬਾਜ਼ਾਰ ਲੈ ਜਾਂਦਾ, ਕਦੀ ਰਾਤ ਵਾਲੀ ਫਿਲਮ ਦਿਖਾ ਲਿਆਉਂਦਾ। ਸਰਬ ਵੀ ਕਦੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੀ ਸੀ, ਪਰ ਉਹ ਚਾਹ ਕੇ ਵੀ ਹਰ ਵੇਲੇ ਖੁਸ਼ ਨਾ ਰਹਿ ਪਾਉਂਦੀ ਸੀ। ਫਿਰ ਇੱਕ ਦਿਨ ਪਰਮਜੀਤ ਨੇ ਚਰਨ ਕੌਰ ਨੂੰ ਸੁਨੇਹਾ ਭੇਜਿਆ ਕਿ ਸਰਬ ਨਾਲ ਗੱਲ ਕਰਨ। ਚਰਨ ਕੌਰ ਆਈ ਤਾਂ ਸਰਬ ਨੂੰ ਚਾਅ ਚੜ੍ਹ ਗਿਆ, ਮਾਂ ਲਈ ਕਿੰਨਾ ਕੁਛ ਬਣਾ ਦਿੱਤਾ। ਸਰਬ ਨੂੰ ਖੁਸ਼ ਦੇਖ ਕੇ ਪਰਮਜੀਤ ਵੀ ਖੁਸ਼ ਸੀ। ਇਹੀ ਖੁਸ਼ੀ ਉਹ ਸਰਬ ਦੇ ਚਿਹਰੇ ਤੇ ਚਾਹੁੰਦੀ ਸੀ, ਤਾਂ ਹੀ ਚਰਨ ਕੌਰ ਨੂੰ ਬੁਲਾਇਆ ਸੀ। ਪਰਮਜੀਤ ਬਹਾਨੇ ਨਾਲ ਦੂਜੇ ਕਮਰੇ ਵਿੱਚ ਚਲੀ ਗਈ ਤਾਂ ਕਿ ਮਾਵਾਂ ਧੀਆਂ ਗੱਲ ਕਰ ਸਕਣ। ਕਿਵੇਂ ਹੈ ਪੁੱਤ ਤੂੰ? ਚਰਨ ਕੌਰ ਨੇ ਪੁੱਛਿਆ। ਮਾਂ ਮੈਂ ਬਿਲਕੁਲ ਠੀਕ ਹਾਂ, ਤੈਨੂੰ ਦੇਖ ਲਿਆ ਤਾਂ ਬਿਲਕੁਲ ਠੀਕ ਹੋ ਗਈ। ਪੁੱਤ ਮੇਰੀ ਫਿਕਰ ਨਾ ਕਰ, ਮੈਂ ਬਿਲਕੁਲ ਠੀਕ ਹਾਂ। ਸੀਤੋ ਚੱਕਰ ਲਗਾਉਂਦੀ ਰਹਿੰਦੀ ਹੈ, ਕਦੀ ਮੈਂ ਜਾ ਆਉਂਦੀ ਹਾਂ, ਤੂੰ ਬਸ ਇੱਥੇ ਦਾ ਖਿਆਲ ਕਰ, ਇਹ ਤੇਰਾ ਘਰ, ਇਧਰੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਪਰ ਮਾਂ, ਪਰ ਵਾਰ ਕੁਛ ਨਹੀਂ, ਬਸ ਇੱਧਰ ਧਿਆਨ ਦੇਣਾ ਤੇਰੀ ਪਹਿਲੀ ਪਹਿਲ ਹੈ। ਚਰਨ ਕੌਰ ਸਰਬ ਨੂੰ ਸਮਝਾ ਕੇ ਚਲੀ ਗਈ। ਸਰਬ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਸ ਕੋਲੋਂ ਨਹੀਂ ਹੋ ਸਕਿਆ। ਬਚਪਨ ਤੋਂ ਹੀ ਆਪਣੇ ਤੋਂ ਪਹਿਲਾਂ ਮਾਂ ਦੇ ਦਰਦ ਨੂੰ ਮਹਿਸੂਸ ਕੀਤਾ ਸੀ, ਕਿਵੇਂ ਇੰਨੀ ਜਲਦੀ ਉਸ ਵੱਲੋਂ ਬੇਫਿਕਰ ਹੋ ਜਾਂਦੀ। ਪਹਿਲਾਂ ਤਾਂ ਸਭ ਨੇ ਉਸਦਾ ਇਸ ਉਦਾਸੀ ਵਿੱਚ ਸਾਥ ਦਿੱਤਾ, ਪਰ ਸਰਬ ਜਦ ਜ਼ਿਆਦਾ ਕਰਨ ਲੱਗੀ ਤਾਂ ਬਲਜੀਤ ਤੇ ਪਰਮ ਖਿਜਣ ਲੱਗੇ। ਸਰਬ ਘਰ ਦਾ ਕੰਮ ਕਰਦੀ ਕਰਦੀ ਰੋ ਪੈਂਦੀ, ਤੇਰੀ ਮਾਂ ਠੀਕ ਹੈ, ਖੁਸ਼ ਹੈ, ਫਿਰ ਕਿਉਂ ਤੂੰ ਉਦਾਸੀ ਪਾਈ ਰੱਖਦੀ ਹੈ? ਪਰਮਜੀਤ ਥੋੜਾ ਖਿੱਝ ਕੇ ਕਹਿੰਦੀ। ਮੰਮੀ ਜੀ, ਕੀ ਕਰਾਂ, ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਪਰ ਮੇਰੇ ਤੋਂ ਨਹੀਂ ਹੁੰਦਾ। ਮੇਰਾ ਵੀਰਾ ਮਾਂ ਦੀ ਕਦਰ ਕਰਦਾ ਤਾਂ ਮੈਨੂੰ ਇੰਨਾ ਨਹੀਂ ਹੋਣਾ ਸੀ, ਪਰ ਹੁਣ ਦੇਖੀ ਕਿਤੇ ਮਾਂ ਪਿੱਛੇ ਆਪਣਾ ਘਰ ਨਾ ਬਰਬਾਦ ਕਰ ਲਵੀਂ। ਇੱਕ ਦਿਨ ਅੱਕ ਕੇ ਪਰਮਜੀਤ ਨੇ ਕਹਿ ਦਿੱਤਾ। ਸਰਬ ਇਹ ਗੱਲ ਸੁਣ ਕੇ ਸੁੰਨ ਰਹਿ ਗਈ, ਆਪਣੇ ਆਪ ਨੂੰ ਵੀ ਕੋਸਣ ਲੱਗੀ। ਬਚਪਨ ਤੋਂ ਇੰਨਾ ਸਬਰ ਰੱਖਦੀ ਆਈ ਹਾਂ, ਹੁਣ ਕੀ ਹੋ ਗਿਆ ਮੈਨੂੰ? ਉਹ ਖੁਦ ਨਹੀਂ ਸਮਝ ਪਾ ਰਹੀ ਸੀ। ਸਰਬ, ਇੱਕ ਕੱਪ ਚਾਹ ਲਿਆਈ, ਬਲਜੀਤ ਨੇ ਆਵਾਜ਼ ਦਿੱਤੀ, ਪਰ ਸਰਬ ਆਪਣੇ ਖਿਆਲਾਂ ਵਿੱਚ ਗੁੰਮ ਸੀ। ਬਲਜੀਤ ਨੇ ਫਿਰ ਆਵਾਜ਼ ਮਾਰੀ, ਸਰਬ ਨੇ ਫਿਰ ਨਾ ਜਵਾਬ ਦਿੱਤਾ। ਫਿਰ ਬਲਜੀਤ ਨੇ ਹਲੂਣਿਆ, ਕਦੋਂ ਦਾ ਚਾਹ ਮੰਗਦਾ ਪਿਆ ਜੀ, ਪਤਾ ਨਹੀਂ ਲੱਗਾ। ਆਹੋ, ਕਿੱਥੋਂ ਪਤਾ ਲੱਗਣਾ ਹੈ, ਧਿਆਨ ਤਾਂ ਤੇਰੀ ਮਾਂ ਵਿੱਚ ਵੜਿਆ ਤੇਰਾ। ਬਲਜੀਤ ਖਿੱਝ ਕੇ ਬੋਲਿਆ। ਜੀ ਜੀ, ਉਹ ਸਰਬ ਬੋਲ ਨਾ ਸਕੀ। ਚੱਲ ਪਹਿਲਾਂ ਤੈਨੂੰ ਛੱਡ ਆਵਾਂ ਤੇਰੀ ਮਾਂ ਕੋਲ, ਜਦ ਜੀ ਭਰ ਜਾਵੇਗਾ ਤਾਂ ਆ ਜਾਵੀਂ। ਨਾ ਨਾ ਨਹੀਂ ਜੀ, ਉਹ ਤਾਂ ਬਸ ਚੇਤਾ ਆ ਗਿਆ ਸੀ, ਅੱਜ ਕੁਛ ਮਨ ਜ਼ਿਆਦਾ ਘਬਰਾ ਰਿਹਾ, ਜਿਵੇਂ ਮਾਂ ਨੂੰ ਕੁਛ। ਸਰਬ ਨੇ ਵਾਕ ਅਧੂਰਾ ਛੱਡਿਆ। ਸਾਰਾ ਦਿਨ ਹੀ ਇਹੀ ਤਾਂ ਖਿਆਲ ਆਉਂਦਾ ਰਹਿੰਦਾ ਤੈਨੂੰ, ਹੋਰ ਕੁਛ ਤਾਂ ਸੁਣਦਾ ਹੀ ਨਹੀਂ। ਚੱਲ ਛੇਤੀ ਤਿਆਰ ਹੋ ਜਾ, ਮੇਰੇ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ,
ਨਹੀਂ ਜੀ, ਮੈਂ ਬਸ ਹਰ ਵੇਲੇ ਤੇਰੀ ਰੋਣੀ ਸੂਰਤ ਦੇਖ ਕੇ ਮੈਂ ਥੱਕ ਗਿਆ ਹਾਂ, ਮੈਂ ਹੋਰ ਨਹੀਂ ਦੇਖ ਸਕਦਾ। ਨਹੀਂ ਜੀ, ਮੈਨੂੰ ਮਾਫ਼ ਕਰ ਦਿਓ, ਮੈਂ ਖਿਆਲ ਰੱਖੂੰਗੀ। 4 ਮਹੀਨੇ ਹੋ ਗਏ ਤੇਰਾ ਮੂੰਹ ਦੇਖਦੇ ਨੂੰ, ਬਸ ਹੋਰ ਨਹੀਂ, ਜਲਦੀ ਕਰ, ਮੈਨੂੰ ਹੋਰ ਵੀ ਬਹੁਤ ਕੰਮ ਨੇ। ਸਰਬ ਰੋਕਦੀ ਰਹੀ ਪਰ ਬਲਜੀਤ ਨੇ ਉਸ ਦੀ ਇੱਕ ਨਾ ਸੁਣੀ। ਸਰਬ ਵੀ ਜਾਣ ਨੂੰ ਤਿਆਰ ਹੋ ਗਈ। ਉਸ ਨੂੰ ਅੰਦਰੋਂ ਮਹਿਸੂਸ ਹੋ ਰਿਹਾ ਸੀ ਕਿ ਕੋਈ ਗੜਬੜ ਹੈ, ਮਾਂ ਠੀਕ ਨਹੀਂ। ਫਿਰ ਜਦ ਪਹੁੰਚੇ ਤਾਂ ਘਰ ਤਾਲਾ ਲੱਗਾ ਸੀ। ਆਸ ਪਾਸ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਮਾਂ ਹਸਪਤਾਲ ਹੈ। ਦੋਨੋਂ ਜਲਦੀ ਨਾਲ ਉੱਥੇ ਪਹੁੰਚੇ, ਸਾਹਮਣੇ ਸੀਤੋ ਮਿਲ ਗਈ। ਚਾਚੀ ਕੀ ਹੋਇਆ ਮਾਂ ਨੂੰ? ਪੁੱਤ ਰਾਤ ਡਿੱਗ ਪਈ ਸੀ, ਲੱਕ ਤੇ ਸੱਟ ਲੱਗ ਗਈ, ਹੁਣ ਠੀਕ ਹੈ ਪਰ ਪਤਾ ਕਦੋਂ ਤੱਕ ਤੁਰਨ ਫਿਰਨ ਵਾਲੀ ਬਣੂ। ਮੈਨੂੰ ਕਿਉਂ ਨਹੀਂ ਦੱਸਿਆ? ਪੁੱਤ ਤੇਰੀ ਮਾਂ ਨੇ ਮਨਾ ਕੀਤਾ ਸੀ। ਕਿੱਥੇ ਹੈ ਹੁਣ ਮਾਂ? ਸੀਤੋ ਦੋਨਾਂ ਨੂੰ ਚਰਨ ਕੌਰ ਕੋਲ ਲੈ ਗਈ। ਮਾਂ, ਮੈਨੂੰ ਇੰਨੀ ਪਰਾਈ ਕਰ ਦਿੱਤਾ ਤੁਸੀਂ? ਸਰਬ ਰੋਣ ਲੱਗੀ। ਜਰਾ ਜਿਹੀ ਸੱਟ ਹੈ, ਹੋ ਜਾਣਾ ਠੀਕ, ਤੂੰ ਕਿਉਂ ਘਬਰਾ ਰਹੀ ਹੈ? ਕੁਛ ਨਹੀਂ ਹੋਇਆ ਮੈਨੂੰ, ਜਿੰਨੀ ਮਰਜ਼ੀ ਹੋਵੇ ਮੈਨੂੰ ਦੱਸਣਾ ਤੇ ਚਾਹੀਦਾ ਸੀ। ਹੁਣ ਕਿਸ ਨੇ ਦੱਸਿਆ ਤੈਨੂੰ? ਮੇਰੇ ਦਿਲ ਨੇ। ਸਵੇਰ ਤੋਂ ਲੱਗਦਾ ਸੀ ਕਿ ਕੁਛ ਹੈ, ਮਨ ਨਹੀਂ ਲੱਗ ਰਿਹਾ ਸੀ। ਅੱਛਾ, ਚੱਲ ਹੁਣ ਚਿੰਤਾ ਨਾ ਕਰ, ਮੈਂ ਠੀਕ ਹਾਂ, ਮੈਂ ਡਾਕਟਰ ਨੂੰ ਮਿਲ ਕੇ ਆਉਂਦਾ ਹਾਂ, ਬਲਜੀਤ ਬੋਲਿਆ। ਜਦ ਬਲਜੀਤ ਵਾਪਸ ਆਇਆ ਤਾਂ ਉਸਨੇ ਕਿਹਾ, ਛੁੱਟੀ ਮਿਲ ਗਈ ਹੈ, ਚਲੋ ਘਰ ਚੱਲੀਏ। ਦੇਖਿਆ, ਐਵੇਂ ਡਰੀ ਜਾਂਦੀ ਸੀ, ਕੁਛ ਨਹੀਂ ਹੋਇਆ ਮੈਨੂੰ, ਚਰਨ ਕੌਰ ਨੇ ਹੱਸਦੇ ਹੋਏ ਕਿਹਾ। ਵਾਰਡ ਬੁਆਏ ਚਰਨ ਕੌਰ ਨੂੰ ਐਂਬੂਲੈਂਸ ਵਿੱਚ ਪਾ ਆਏ। ਐਂਬੂਲੈਂਸ ਸ਼ਹਿਰ ਵੱਲ ਚੱਲ ਪਈ। ਸਰਬ ਬਲਜੀਤ ਵੱਲ ਦੇਖਣ ਲੱਗੀ। ਮਾਂ ਦੇ ਚੂਲੇ ਤੇ ਸੱਟ ਲੱਗੀ ਹੈ, ਇੱਥੇ ਇਲਾਜ ਨਹੀਂ ਹੈ, ਅਸੀਂ ਸ਼ਹਿਰ ਜਾ ਕੇ ਕਰਵਾਵਾਂਗੇ। ਸਰਬ ਰੋਣ ਲੱਗ ਗਈ। ਕੁਛ ਨਹੀਂ ਹੋਵੇਗਾ ਮਾਂ ਨੂੰ, ਚਿੰਤਾ ਨਾ ਕਰ, ਮੈਂ ਹੈਗਾ। ਸਰਬ ਨੇ ਬਲਜੀਤ ਵੱਲ ਅਹਿਸਾਨ ਭਰੀਆਂ ਨਜ਼ਰਾਂ ਨਾਲ ਦੇਖਿਆ। ਸ਼ਹਿਰ ਪਹੁੰਚ ਕੇ ਚਰਨ ਕੌਰ ਦਾ ਇਲਾਜ ਸ਼ੁਰੂ ਹੋ ਗਿਆ। ਮੰਮੀ ਜੀ ਨੂੰ ਕਿਵੇਂ ਦੱਸਾਂਗੇ? ਸਰਬ ਨੂੰ ਪਰਮਜੀਤ ਦੀ ਚਿੰਤਾ ਸੀ। ਮੈਂ ਕਰ ਲਵਾਂਗਾ ਗੱਲ, ਤੂੰ ਚਿੰਤਾ ਨਾ ਕਰ, ਮੈਂ ਆਉਂਦਾ ਘਰੋਂ ਹੋ ਕੇ। ਬਲਜੀਤ ਚਲਾ ਗਿਆ। ਸਰਬ ਮਾਂ ਕੋਲ ਬੈਠੀ ਰਹੀ। ਮੈਨੂੰ ਇੱਥੇ ਕਿਉਂ ਲਿਆਏ? ਚਰਨ ਵੀ ਇੱਥੇ ਆਉਣ ਤੇ ਹੈਰਾਨ ਸੀ। ਕੁਛ ਨਹੀਂ ਮਾਂ, ਇੱਥੇ ਇਲਾਜ ਵਧੀਆ, ਮੈਂ ਠੀਕ ਹਾਂ, ਉੱਥੇ ਠੀਕ ਹੋ ਜਾਣਾ ਸੀ, ਇੱਥੇ ਤਾਂ ਬਹੁਤ ਖਰਚਾ, ਚਰਨ ਕੌਰ ਨੇ ਆਸੇ ਪਾਸੇ ਦੇਖਦੇ ਹੋਏ ਕਿਹਾ। ਖਰਚੇ ਦੀ ਚਿੰਤਾ ਤੁਸੀਂ ਕਿਉਂ ਕਰਦੇ? ਤੁਹਾਡਾ ਪੁੱਤ ਹੈਗਾ ਤੇ ਤੁਹਾਡੀ ਭੈਣ ਹੈਗੀ। ਪਰਮਜੀਤ ਦੀ ਆਵਾਜ਼ ਆਈ। ਪਰ ਭੈਣ ਜੀ, ਪਰ ਪੁਰ ਕੁਛ ਨਹੀਂ, ਤੁਸੀਂ ਪੈਸੇ ਦੀ ਚਿੰਤਾ ਨਹੀਂ ਕਰਨੀ, ਬਸ ਜਲਦੀ ਠੀਕ ਹੋ ਜਾਓ। ਚਰਨ ਕੌਰ ਦੀਆਂ ਅੱਖਾਂ ਭਰ ਆਈਆਂ। ਆਪਣੀ ਧੀ ਦੀ ਕਿਸਮਤ ਤੇ ਮਾਣ ਹੋਇਆ। ਸਰਬ ਦੀ ਆਵਾਜ਼ ਤਾਂ ਜਿਵੇਂ ਗਲੇ ਵਿੱਚ ਹੀ ਅਟਕ ਗਈ, ਬਸ ਪਰਮਜੀਤ ਵੱਲ ਦੇਖਦੀ ਰਹੀ। ਸਰਬ ਪੁੱਤ, ਮੈਂ ਤੈਨੂੰ ਗੁੱਸੇ ਹੁੰਦੀ ਸੀ ਘਰ ਵਿੱਚ ਰੋਣੀ ਸੂਰਤ ਬਣਾਉਣ ਤੋਂ, ਕਿਉਂਕਿ ਘਰ ਵਿੱਚ ਬਰਕਤਾਂ ਨਹੀਂ ਰਹਿੰਦੀਆਂ। ਇਹਦਾ ਮਤਲਬ ਇਹ ਨਹੀਂ ਕਿ ਮੇਰੇ ਅੰਦਰ ਦਿਲ ਨਹੀਂ, ਮੈਂ ਵੀ ਕਿਸੇ ਦੀ ਧੀ ਹਾਂ, ਮਾਵਾਂ ਕੀ ਹੁੰਦੀਆਂ ਮੈਂ ਜਾਣਦੀ ਹਾਂ। ਸਭ ਨੂੰ ਆਪਣਾ ਘਰ ਪਿਆਰਾ ਹੁੰਦਾ, ਮੈਨੂੰ ਵੀ ਸੀ। ਮੈਂ ਵੀ ਚਾਹੁੰਦੀ ਸੀ ਮੇਰਾ ਨੂੰਹ ਪੁੱਤ ਹੱਸਣ ਖੇਡਣ, ਪਰ ਤੇਰਾ ਵਾਰ ਵਾਰ ਮਾਂ ਨੂੰ ਯਾਦ ਕਰਨਾ ਸਾਡੀ ਖਿੱਝ ਦਾ ਕਾਰਨ ਬਣ ਗਿਆ। ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਵੀਂ। ਨਹੀਂ ਮੰਮੀ ਜੀ, ਇਹ ਕੀ ਕਹਿ ਰਹੇ ਹੋ, ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ, ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝ ਨਾ ਸਕੀ, ਬਸ ਖੁਦ ਦੇ ਜਜ਼ਬਾਤ ਮੈਨੂੰ ਸਮਝ ਆਉਂਦੇ ਰਹੇ। ਤੁਸੀਂ ਤਾਂ ਮੈਨੂੰ ਬਹੁਤ ਇੱਜ਼ਤ ਪਿਆਰ ਤੇ ਮਾਣ ਦਿੱਤਾ ਸੀ, ਮੈਂ ਹੀ ਆਪਣਾ ਪੇਕਾ ਮੋਹ ਨਾ ਛੱਡ ਸਕੀ। ਪੇਕਾ ਮੋਹ ਛੱਡਣ ਨੂੰ ਮੈਂ ਨਹੀਂ ਕਹਿੰਦੀ, ਪਰ ਸਹੁਰਾ ਮੋਹ ਵੀ ਜ਼ਰੂਰੀ ਹੈ, ਪਰਮਜੀਤ ਨੇ ਹੱਸਦੇ ਹੋਏ ਕਿਹਾ। ਮਾਂ, ਤੂੰ ਸੱਚ ਹੀ ਕਹਿੰਦੀ ਸੀ, ਮੈਂ ਬਹੁਤ ਭਾਗਾਂ ਵਾਲੀ ਹਾਂ,
ਅੱਜ ਮੈਨੂੰ ਵੀ ਲੱਗ ਰਿਹਾ ਹੈ ਕਿ ਮੈਂ ਸੱਚਮੁੱਚ ਭਾਗਾ ਵਾਲੀ ਹਾਂ। ਮੈਨੂੰ ਇਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਹਰ ਕਿਸੇ ਕੁੜੀ ਨੂੰ ਨਹੀਂ ਮਿਲਦਾ। ਮੈਂ ਰੱਬ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮਾਂ ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ, ਤੁਸੀਂ ਇਹੋ ਜਿਹਾ ਪਰਿਵਾਰ ਮੇਰੇ ਲਈ ਚੁਣਿਆ। ਸਰਬ ਆਪਣੀ ਮਾਂ ਵੱਲ ਦੇਖ ਕੇ ਬੋਲੀ, ਭੈਣ ਜੀ ਬਹੁਤ ਬਹੁਤ ਧੰਨਵਾਦ ਮੇਰੀ ਧੀ ਨੂੰ ਭਾਗਾ ਵਾਲੀ ਬਣਾਉਣ ਲਈ। ਚਰਨ ਕੌਰ ਨੇ ਪਰਮਜੀਤ ਅੱਗੇ ਹੱਥ ਜੋੜ ਦਿੱਤੇ, ਨਾ ਨਾ ਇੰਜ ਨਾ ਕਰੋ, ਹੀਰਾ ਤਾਂ ਤੁਸੀਂ ਦਿੱਤਾ ਮੈਨੂੰ, ਬਸ ਮੈਂ ਥੋੜਾ ਜਿਹਾ ਤਰਾਸ਼ਿਆ ਹੈ। ਪਰਮਜੀਤ ਹੱਸ ਕੇ ਬੋਲੀ। ਸਰਬ ਤੇ ਚਰਨ ਕੌਰ ਨੇ ਇੱਕ ਦੂਜੇ ਵੱਲ ਦੇਖਿਆ, ਅੱਖਾਂ ਵਿੱਚ ਇੱਕ ਹੀ ਅਰਦਾਸ ਬਾਕੀ ਸੀ, ਕਾਸ਼ ਅਗਰ ਮਨਜੀਤ ਵੀ ਸੁਧਰ ਜਾਵੇ। ਦੋਨਾਂ ਨੇ ਠੰਡਾ ਹੋਕਾ ਲਿਆ ਤੇ ਸਾਹਮਣੇ ਦੇਖਿਆ ਬਲਜੀਤ ਨਾਲ ਮਨਜੀਤ ਤੁਰਿਆ ਆ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸੀ। ਹੁਣ ਇਸ ਹੀਰੇ ਨੂੰ ਮੈਂ ਤਰਾਸ਼ਾਂਗਾ, ਬਲਜੀਤ ਮਨਜੀਤ ਦੇ ਮੋਢੇ ਤੇ ਹੱਥ ਰੱਖ ਕੇ ਬੋਲਿਆ। ਸਰਬ ਨੇ ਬਲਜੀਤ ਵੱਲ ਦੇਖਿਆ ਤੇ ਮਨ ਹੀ ਮਨ ਬੋਲੀ, ਬਹੁਤ ਭਾਗਾਂ ਵਾਲੀ ਹਾਂ ਮੈਂ, ਹਾਂ ਬਹੁਤ ਭਾਗਾਂ ਵਾਲੀ। ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਵੋ ਅਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।